ਸਾਰੇਆਂ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਆਹ ਵਾਲੀ ਕੈਪ ਬਣਾਉਣੀ ਦੱਸਣ ਲੱਗੀ ਆ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਬਣਾ ਕੇ ਤਿਆਰ ਕੀਤੀ ਆ ਇਹ ਜਿਹੜੀ ਕੈਪ ਆ ਮੈਂ 4 ਤੋਂ 5 ਸਾਲ ਦੇ ਬੱਚੇ ਦੀ ਬਣਾਈ ਹੋਈ ਆ ਤੇ ਹੁਣ ਮੈਂ ਤੁਹਾਨੂੰ ਇਹਦੇ ਨਾਲ ਦੀ ਬਣਾ ਕੇ ਦੱਸਦੀ ਆ ਇਹ ਮੈਂ ਡਬਲ ਉਨ ਕੀਤੀ ਆ ਵਰਧਮਾਨ ਦੀ ਮੇਰੇ ਕੋਲ ਉਨ ਸੀ ਤੇ ਮੈਂ ਡਬਲ ਉਨ ਦੀ ਕੀਤੀ ਆ ਬਣਾਈ ਆ ਕਿਉਂਕਿ ਆ ਜਿਹੜਾ ਮੈਂ ਡਿਜ਼ਾਈਨ ਪਾਇਆ ਥੋੜੀ ਜੀ ਮੋਟੀ ਉਨ ਤੇ ਆਪਾਂ ਬਣਾਵਾਂਗੇ ਫੇਰ ਹੀ ਵਧੀਆ ਲੱਗਦਾ ਆ ਹੁਣ ਮੈਂ ਤੁਹਾਨੂੰ ਬਣਾ ਕੇ ਦੱਸਦੀ ਆ ਇਹ ਜਿਹੜੀ ਓਨੇ ਮੇਰੇ ਤੋਂ 4 ਪ্লাই ਵਾਲੀ ਆ ਤਿੰਨ ਪ্লাই ਦੀ ਇਹਨੂੰ ਵੀ ਮੈਂ ਡਬਲ ਕੀਤਾ ਵਾ ਇਹ ਹੁਣ 6 ਪ্লাই ਦੀ ਹੋ ਗਈ ਇਹ ਜਿਹੜੀ ਆ ਇਹ ਮੈਂ 4 ਤੋਂ 5 ਸਾਲ ਦੇ ਬੱਚੇ ਦੀ ਬਣਾਈ ਆ ਇਹ ਜਿਹੜੀ ਹੁਣ ਮੈਂ ਤੁਹਾਨੂੰ ਬਣਾ ਕੇ ਦੱਸੂਗੀ ਇਹ ਮੈਂ 7-8 ਸਾਲ ਦੇ ਬੱਚੇ ਦੀ ਬਣਾਉਂਗੀ 21 ਬੰਦੇ ਆਪਾਂ ਪਾਏ ਆ ਆ ਮੈਂ 21 ਬੰਦੇ ਪਾਏ ਆ ਪਹਿਲੀ ਸਲਾਈ 7 ਨੰਬਰ ਦੀਆਂ ਮੇਰੇ ਕੋਲ ਸਲਾਈਆਂ ਪਹਿਲੀ ਸਲਾਈ ਆਪਾਂ ਇਸ ਤਰੀਕੇ ਉਲਟੀ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਕੈਪ ਬਣ ਕੇ ਤਿਆਰ ਹੋ ਜਾਂਦੀ ਹੈ ਉਹ ਰੀਸ ਲਈ ਯਸ ਤੀ ਕਿਵੇਂ ਬਣਾਉਂਗੀ ਇਹ ਜਿਹੜੀ ਮੈਂ 5 ਸਾਲ ਦੇ ਬੱਚੇ ਦੀ ਆਹ ਵਾਲੀ ਕੈਪ ਬਣਾਈ ਹੈ ਇਹ ਵੀ ਮੈਂ 21 ਬੰਦੇ ਪਾਏ ਆ ਤੇ ਇਹਦੇ ਵਾਸਤੇ ਵੀ ਮੈਂ 21 ਬੰਦੇ ਪਾ ਕੇ ਸ਼ੁਰੂ ਕਰਨ ਲੱਗੀ ਆ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਇਧਰੋਂ ਆਪਾਂ ਪਹਿਲੀ ਸਲਾਈ ਮੰਨਾਂਗੇ ਪਹਿਲਾ ਫੰਦਾ ਆਪਾਂ ਉਲਟਾ ਬਣਾਇਆ ਅਗਲੇ ਫੰਦੇ 'ਚੋਂ ਆਪਾਂ ਇਸ ਤਰੀਕੇ ਇੱਥੋਂ ਸਲਾਈ ਲੈਣੀ ਆ ਫੰਦੇ 'ਚੋਂ ਨਹੀਂ ਲੈਣੀ ਇੱਥੋਂ ਸਲਾਈ ਲਵਾਂਗੇ ਇੰਜ ਇੱਕ ਤੋਂ ਦੋ ਫੰਦੇ ਹੋ ਗਏ ਆਪਣੇ ਫੇਰ ਇਹ ਫੰਦਾ ਉਲਟਾ ਸਿੱਧੇ ਫੰਦੇ ਦੀ ਫੇਰ ਆਪਾਂ ਇੱਥੋਂ ਸਲਾਈ ਲਵਾਂਗੇ ਫੇਰਾ ਵਾਲਾ ਫੰਦਾ ਹੁਣਾਗੇ ਇੱਥੇ ਆਪਣੇ ਫੰਦੇ ਜਿਹੜੇ ਆ ਵੱਧ ਜਾਣੇ ਇਹ ਜ਼ਿਆਦਾ ਕੱਸ ਕੇ ਨਾ ਬਣਾਇਓ ਥੋੜਾ ਢਿੱਲਾ ਬਣਾਵਾਂਗੇ ਫੇਰ ਹੀ ਇਹ ਡਿਜ਼ਾਈਨ ਜਿਹੜਾ ਆਪਣਾ ਵਧੀਆ ਬੰਨਣਾ ਹੈ ਉਹਨਾਂ ਆਪ ਇਧਰਲੇ ਪਾਸੇ ਉਲਟੇ ਪਾਸੇ ਇਹ ਸਲਾਈ ਆਪਾਂ ਉਲਟੀ ਬਨਾਂਗੇ ਜਿਹੜਾ ਉਧਰੋਂ ਇੱਕ ਫੰਦਾ ਉਲਟਾ ਹੀ ਹੋ ਇਧਰੋਂ ਸਿੱਧਾ ਹੋ ਗਿਆ ਜਿਹੜੇ ਆ ਦੋ ਫੰਦੇ ਹੀ ਆ ਆਪਣੇ ਇਹਨਾਂ ਦਾ ਉਲਟੇ ਆ ਗਏ ਇੱਕ ਫੰਦਾ ਸਿੱਧਾ ਦੋ ਫੰਦੇ ਉਲਟੇ ਇਹ ਮੈਂ ਪੂਰੀ ਸਲਾਈ ਕੰਪਲੀਟ ਕਰਦੀ ਆ ਹੁਣ ਆਪਾਂ ਸਿੱਧੇ ਪਾਸੇ ਆ ਗਏ ਫੇਰ ਸੇਮ ਇਸੇ ਤਰ੍ਹਾਂ ਬਣਾਵਾਂਗੇ ਵੇਖਿਓ ਪਹਿਲਾ ਫੰਦਾ ਉਲਟਾ ਹੁਣ ਆਪਣੇ ਕੋਲ ਆ ਸਿੱਧੇ ਦੋ ਫੰਦੇ ਆ ਹੁਣ ਆਪਾਂ ਪਹਿਲਾ ਆਹ ਵਾਲਾ ਫੰਦਾ ਹੁਣਾਗੇ ਅੱਗੇ ਆਪਾਂ ਇੰਜ ਸਲਾਈ ਕਰਦੇ ਹੀ ਹੁਣ ਆਪਾਂ ਫੰਦੇ ਚੋਂ ਕਢਣੀ ਆ ਪਿਛਲਾ ਫੰਦਾ ਪਹਿਲਾਂ ਹੁਣਾਗੇ ਅਗਲਾ ਫੰਦਾ ਆਪਾਂ ਬਾਅਦ ਚ ਹੁਣਾਗੇ ਫੇਰ ਇੱਕ ਫੰਦਾ ਉਲਟਾ ਸਿੱਧੇ ਦੋ ਫੰਦਿਆਂ ਨੂੰ ਪਿਛਲਾ ਫੰਦਾ ਆਪਾਂ ਪਹਿਲਾਂ ਬਣਾਵਾਂਗੇ अगला फंदा ਆਪਾਂ ਬਾਅਦ ਚ ਬਣਾਵਾਂਗੇ ਫੇਰ ਇੱਕ ਫੰਦਾ ਉਲਟਾ ਇਸੇ ਤਰੀਕੇ ਮੈਂ ਪੂਰੀ ਸਲਾਈ ਕੰਪਲੀਟ ਕਰਦੀ ਆਂ ਹੁਣ ਅਕੋ ਸ਼ੇਸ ਤੱਕ ਮੈਂ ਬਣਾ ਲਿਆ ਹਾਂ ਹੁਣ ਆਪਾਂ ਸਿੱਧੇ ਪਾਸੇ ਆ ਕੇ ਫੇਰ ਸਤਵੀਂ ਸਲਾਈ ਤੇ ਇਹ ਵੀ ਮੈਂ ਸਤਵੀਂ ਸਲਾਈ ਕੰਪਲੀਟ ਕਰਕੇ ਅੱਠਵੀਂ ਸਲਾਈ 'ਚ ਆਪਾਂ ਫੰਦੇ ਫੇਰ ਵਧਾਉਣੇ ਆ ਉਲਟੇ ਪਾਸੇ ਫੰਦੇ ਵਧਾਵਾਂਗੇ ਇਮਿਆਸ 7ਵੀਂ ਸਲਾਈ ਕੰਪਲੀਟ ਕਰ ਲਾਂ। ਹੁਣ ਆਪਾਂ ਉਲਟੇ ਪਾਸੇ ਆ ਗਏ 8ਵੀਂ ਸਲਾਈ ਤੇ। ਵੇਖਿਓ ਆਪਾਂ ਫੰਦੇ ਕਿਵੇਂ ਵਧਾਉਣੇ ਆ। ਪਹਿਲਾ ਫੰਦਾ ਆਪਣਾ ਉਲਟਾ ਜਿਹੜੇ ਆ ਡਿਜ਼ਾਈਨ ਵਾਲੇ ਦੋ ਫੰਦੇ ਐ ਇਧਰੋਂ ਆਪਣੇ ਇਦਾਂ ਉਲਟੇ ਆ ਗਏ। ਪਹਿਲਾ ਫੰਦਾ ਆਪਾਂ ਸਿੱਧਾ ਬਣਾਇਆ। ਹੁਣ ਸਿੱਧਾ ਫੰਦਾ ਹੁਣ ਕੇ ਇੱਥੋਂ ਆਪਾਂ ਇੱਕ ਫੰਦਾ ਵਧਾਵਾਂਗੇ। ਇਸ ਤਰੀਕੇ ਸਲਾਈ ਦੇ ਲੈ ਕੇ ਵਾਰ ਇਦਾਂ ਪਾਉਣ ਲਾਂਗੇ ਇਹਨੂੰ ਫਿਰ ਆਪਣੀ ਇੱਥੇ ਜਾਲੀ ਨਹੀਂ ਪਾਉਗੀ ਦੋ ਫੰਦੇ ਉਲਟੇ ਫਿਰ ਸਿੱਧਾ ਫੰਦਾ ਹੁਣਿਆ ਇੱਥੋਂ ਆਪਾਂ ਨਾਲ ਇਸ ਤਰੀਕੇ ਨੂੰ ਚੁੱਕਾਂਗੇ ਵਾਰ ਨੂੰ ਤੇ ਇੰਜ ਕਰਕੇ ਆਪਾਂ ਉਲ ਲਾਂਗੇ ਇੱਕ ਫੰਦਾ ਸਿੱਧਾ ਇਹ ਤੋਂ ਆਪਾਂ ਵੱਲ ਲੈ ਕੇ ਇਹਨੂੰ ਆਪਾਂ n ਚੋਂ ਲਾਗੇ ਇਦਾਂ ਇਹ ਆਪਣੇ ਫੰਦੇ ਵਧ ਗਏ ਫੇਰ 7 ਸਲਾਈਆਂ ਮੈਂ ਬਣਾ ਕੇ ਫੇਰ ਅੱਗੇ ਵਕਾਉਣੀ ਤੁਹਾਨੂੰ ਆਹ ਵੇਖੋ ਆਪਾਂ ਇਹ ਡਿਜ਼ਾਈਨ ਬਣਾਇਆ ਆਪਾਂ ਇੱਥੇ ਫੰਦਾ ਵਧਾਇਆ ਹੀ ਫੰਦਾ ਵਧਾਉਣ ਤੋਂ ਬਾਅਦ ਆ ਮੈਂ ਫੇਰ ਤੇ ਡਿਜ਼ਾਈਨ ਬਣਾ ਲਏ ਯਾਨੀ ਕਿ 6 ਸਲਾਈਆਂ ਬਣਾ ਲਗਾ ਹੁਣ 7ਵੀਂ ਸਲਾਈ ਤੇ ਆਪਾਂ ਉਲਟੇ ਪਾਸੇ ਫੇਰ ਫੰਦਾ ਵਧਾਵਾਂਗੇ ਆਹ ਵੇਖੋ ਜਿਹੜੇ ਆ ਡਿਜ਼ਾਈਨ ਵਾਲੇ ਦੋ ਫੰਦੇ ਆ ਇਹਨਾਂ ਨੂੰ ਆਪਾਂ ਉਲਟਾ ਬਣਾਵਾਂਗੇ ਆ ਜਿਹੜੇ ਹੁਣ ਫੰਦਾ ਵਧਾ ਕੇ ਜਿਹੜੇ ਆਪਾਂ ਦੋ ਫੰਦੇ ਕੀਤੇ ਸੀ ਇਹਨੂੰ ਇੱਕ ਫੰਦਾ ਹਣ ਕੇ ਫਿਰ ਇੱਥੋਂ ਆਪਾਂ ਇਹਦੇ ਵਿੱਚੋਂ ਲੈ ਲਾਂਗੇ ਇਹ ਉਲਟੇ ਫੰਦੇ ਆਪਣੇ ਕੋਲ ਤਿੰਨ ਹੋ ਗਏ ਹੁਣ ਫਿਰ ਦੋ ਫੰਦੇ ਡਿਜ਼ਾਈਨ ਵਾਲੇ ਉਲਟੇ ਫੰਦੇ ਤਿੰਨ ਹੋ ਚੰਗੇ ਇਹ ਆਪਾਂ ਹਰ 7ਵੀਂ ਸਲਾਈ ਤੇ ਜਿਹੜਾ ਵਾ ਫੰਦਾ ਬਣਾਉਣਾ ਹੈ ਮੈਂ ਤੁਹਾਨੂੰ ਇੱਕ ਵਾਰ ਵਿਖਾ ਦਿੰਨੀ ਆ ਆਇ ਤੇ ਵੇਖੋ ਇੱਥੇ ਪਹਿਲਾਂ ਇੱਕ ਫੰਦਾ ਫਿਰ ਦੋ ਵਦੇ ਉੱਠੇ ਪਾਸੇ ਤੋਂ ਛੇਤੀ ਪਤਾ ਲੱਗੂਗਾ ਆ ਦੇਖੋ ਇੱਥੇ ਦੋ ਫੰਦੇ ਹੋ ਗਏ 6ਵੀਂ 6 ਸਲੰਗਾਂ ਬਣਾ ਕੇ 7ਵੀਂ ਸਲਾਈ ਤੇ ਫਿਰ ਤਿੰਨ ਫੰਦੇ ਮੈਂ ਕੀਤੇ ਇਦਾਂ ਕਰਕੇ ਫਿਰ ਚਾਰ ਫੰਦੇ ਆ ਤੇ ਇਹ ਛੋਟੀ ਕੈਪ ਹੀ ਇਹਦੇ ਮੈਂ ਬਸ 4 ਫੰਦੇ ਵਧਾਏ ਆ ਆਪ ਹੁਣ ਜਿਹੜੀ ਮੈਂ ਬਣਾਉਂਦੀ ਪਈ ਆ ਇਹ ਮੈਂ ਵੱਡੀ ਕੈਪ ਬਣਾਉਂਦੀ ਪਈ ਆ ਇਹਦੇ ਇਦਾਂ ਹੀ ਹਰ 7ਵੀਂ ਸਲਾਈਚ ਮੈਂ ਇੱਕ ਇੱਕ ਫੰਦਾ ਵਧਾਉਂਦੀ ਜਾਊਂਗੀ ਤੇ ਇਹਦੇ ਮੈਂ 5-5 ਫੰਦੇ ਵਧਾਉਂਗੀ ਇਹਨਾਂ ਬਣਾ ਕੇ ਫੇਰ ਮੈਂ ਇਸ ਤੋਂ ਅੱਗੇ ਤੁਹਾਨੂੰ ਦਿਖਾਉਂਗੀ ਹਾਂ ਜੀ ਆਹ ਵੇਖੋ ਆ ਮੈਂ 5-5 ਫੰਦੇ ਕਰ ਲਏ ਇਹਦੇ ਐ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਵਾਰ ਇੱਕ ਫੰਦਾ ਉਲਟਾ 1 2 3 4 5 6 7 8 9 10 ਮੈਂ ਆ ਕੈਪ ਉਹ ਨਹੀਂ ਤਾਂ ਇਹਦੇ ਵਿੱਚ ਮੈਂ 4-4 ਫੰਦੇ ਕੀਤੇ ਸੀ ਇਹਦੇ ਆਪਾਂ ਇਹਦੇ ਮੈਂ 5-5 ਫੰਦੇ ਕੀਤੇ ਆ ਇੱਕ-ਇੱਕ ਫੰਦਾ ਮੈਂ ਵਧਾਤਾ ਵਾ ਹਰ 5ਵੀਂ ਸਲਾਈ ਦੇ ਇੱਕ-ਇੱਕ ਫੰਦਾ ਪਾਉਂਦਾ ਆ ਅਬਿਲਟੀ ਕਰਕੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਹਦੇ ਵਿੱਚ ਵੀ ਮੈਂ ਹਰ ਪੰਜਵੀਂ ਸਲਾਈ ਤੇ ਜਿਹੜਾ ਇੱਕ ਇੱਕ ਫੰਦਾ ਵਧਾਇਆ ਸੀ ਇਹਦੇ ਵਿੱਚ ਵੀ ਮੈਂ ਹਰ ਪੰਜਵੀਂ ਸਲਾਈ ਤੇ ਇੱਕ ਇੱਕ ਫੰਦਾ ਵਧਾਇਆ ਹੁਣ ਆਪਾਂ ਇਹਦਾ ਇਹਦੀ ਲੰਬਾਈ ਤਾਂ ਮੈਂ ਦੱਸਾਂ ਆਪਾਂ ਕਿੰਨੀ ਬਣਾਉਣੀ ਆ ਇਹ ਜਿਹੜੀ ਆ ਇਹ ਮੈਂ ਇੱਥੋਂ ਲੈ ਕੇ 7 ਇੰਚ ਦੀ ਮੈਂ ਬਣਾ ਕੇ ਫਿਰ ਮੈਂ ਫੰਦੇ ਘਟਾਉਣੇ ਸ਼ੁਰੂ ਕੀਤੇ ਹੀ ਇਹਦੀ ਜਿਹੜੀ ਲੰਬਾਈ ਇਹਦੀ ਮੈਂ ਬਣਾਉਂਗੀ ਉਹ 7 ਇੰਚ ਬਣੀ ਹੈ ਇਹਦੀ ਮੈਂ 9 ਇੰਚ ਬਣਾਉਂਗੀ 9 ਇੰਚ ਬਣਾ ਕੇ ਲੰਬਾਈ ਫੇਰ ਮੈਂ ਇਹਦੇ ਜਿਹੜੇ ਫੰਦੇ ਆਪਾਂ ਘਟਾਵਾਂਗੇ ਫਿਰ ਮੈਂ ਘਟਾਉਣ ਦੀ ਅੱਗੇ ਦੱਸੂਗੀ ਤੁਹਾਨੂੰ ਕਿੱਦਾਂ ਘਟਾਉਣਾ ਵਾ ਹੁਣ ਮੈਂ ਇਹਦੇ ਵਿੱਚ ਕੋਈ ਫੰਦਾ ਨਹੀਂ ਵਧਾਉਣਾ ਇਸੇ ਤਰੀਕੇ ਪੰਜ ਫੰਦੇ ਉਲਟੇ ਦੋ ਫੰਦੇ ਆ ਦਾ ਡਿਜ਼ਾਈਨ ਇਦਾਂ ਹੀ ਐ ਮੈਂ ਬਣਾ ਕੇ ਜਿੰਨੀ ਮੈਨੂੰ ਚਾਹੀਦੀ ਉੰਨੀ ਮੈਂ ਬਣਾ ਕੇ ਕੰਪਲੀਟ ਕਰਦੀ ਆ ਇਸ ਤੋਂ ਅੱਗੇ ਮੈਂ ਤੁਹਾਨੂੰ ਫੇਰ ਬਖਾਉਂਗੀ ਦੋ ਤਿੰਨ 4 5 ਉਹਨੇ ਇਸੇ طریقے ਤੁਸੀਂ ਬਣਾ ਕੇ ਜੇ ਛੋਟੀ कैप ਬਣਾਉਣੀ ਆ ਬਸ ਚਾਰ ਵਾਰਾ ਫੰਦੇ ਵਧਾਉਣੇ ਆ ਜੇ ਥੋੜੀ ਵੱਡੀ कैप ਬਣਾਉਣੀ ਆ ਫਿਰ ਤੁਸੀਂ ਪੰਜ ਵਾਰਾ ਫੰਦੇ ਵਧਾ ਸਕਦੇ ਹੋ ਇਹਦੇ ਵੀ ਮੈਂ ਪੰਜ ਵਾਰਾ ਫੰਦੇ ਵਧਾਏ ਆ ਤੇ ਹੁਣ ਇਸ ਤੋਂ ਅੱਗੇ ਮੈਂ ਫਿਰ ਤੁਹਾਨੂੰ ਦਿਖਾਉਣੀ ਹਾਂ ਹੁਣ ਆਪਾਂ ਕੋਈ ਫੰਦਾ ਨਹੀਂ ਵਧਾਉਣਾ ਹੁਣ ਮੈਂ ਇਦਾਂ ਹੀ ਇਹਨੂੰ ਬਣਾਈ ਜਾਣਾ ਆ ਹਾਂਜੀ ਆ ਵੇਖੋ ਆਵੇਂ ਬਣਾ ਲਈ ਮੈਂ ਤੁਹਾਨੂੰ ਨਾਪ ਲੈ ਕੇ ਦੱਸਦੀ ਹਾਂ ਕਿ ਮੈਂ ਕਿੰਨੀ ਤਿਆਰ ਕੀਤੀ ਐ ਦੇਖੋ 8.5 ਦੇ ਕਰੀਬ ਹੈਗੀ ਐ ਹੁਣ ਆਪਾਂ ਜਿਵੇਂ ਆ ਇੱਕ ਇੱਕ ਫੰਦਾ ਵਧਾਇਆ ਸੀ ਇਸੇ ਤਰੀਕੇ ਨਾਲ ਆਪਾਂ ਇੱਕ ਇੱਕ ਫੰਦਾ ਇਹਦਾ ਜਿਹੜਾ ਘਟਾਵਾਂਗੇ ਇਤੋਂ ਆਪਾਂ ਇੱਕ ਫੰਦਾ ਘਟਾਤਾ ਇੱਕ ਫੰਦਾ ਉਲਟਾ ਹੁਣਿਆ ਦੋ ਫੰਦਿਆਂ ਦਾ ਇੱਕ ਕਰਾਂਗੇ ਇੱਕ ਫੰਦਾ ਫੇਰ ਉਲਟਾ ਤਿੰਨ ਬੰਦੇ ਰਹਿ ਗਏ ਆਪਣੇ ਕੋਲ ਇੱਕ ਇੱਕ ਫੰਦਾ ਆਪਾਂ ਹਰ ਲੈਂਚ ਇੱਥੇ ਪੁੱਠਿਆਂ ਫੰਦਿਆਂ ਦੇ ਵਿੱਚ ਇੱਕ ਇੱਕ ਫੰਦਾ ਆਪਾਂ ਘਟਾਵਾਂਗੇ ਕਿਵੇਂ ਪੂਰੀ ਸਲਾਈ ਇਸ ਤਰੀਕੇ ਬਣਾਉਣੀ ਆ ਹੁਣ ਆਪਾਂ ਉਲਟੇ ਪਾਸੇ ਆ ਗਏ ਉਲਟੇ ਪਾਸੇ ਦੋ ਫੰਦੇ ਜਿਹੜੇ ਡਿਜ਼ਾਈਨ ਦੇ ਆ ਉਹ ਆਪਣੇ ਇਸ ਤਰੀਕੇ ਉਲਟੇ ਹੋ ਜਾਣਗੇ ਅੱਗੇ ਆਪਣੇ ਕੋਲ ਸਿੱਧੇ ਤਿੰਨ ਫੰਦੇ ਰਹਿ ਗਏ ਦੋ ਫੰਦੇ ਉਲਟੇ ਤਿੰਨ ਫੰਦੇ ਸਿੱਧੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਹੁਣ ਆਪਾਂ ਇਸ ਲਾਈਨ ਦੇ ਕੋਈ ਫੰਦਾ ਨਹੀਂ ਕਟਾਉਣਾ ਆ ਦੋ ਫੰਦੇ ਆਪਣੇ ਡਿਜ਼ਾਈਨ ਦੇ ਤਿੰਨ ਫੰਦੇ ਆਪਣੇ ਉਲਟੇ ਇਸ ਲਈ ਜੇ ਆਪਾਂ ਇੱਕ ਵੀ ਫੰਦਾ ਨਹੀਂ ਹੁਣ ਘਟਾਵਾਂਗੇ ਇਹ ਜਿਵੇਂ ਆਪਣਾ ਡਿਜ਼ਾਈਨ ਆਉਂਦਾ ਪਿਆ ਉਸੇ ਤਰੀਕੇ ਆਪਾਂ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕਰਾਂਗੇ ਤਿੰਨ ਫੰਦੇ ਆਪਣੇ ਉਲਟੇ ਹੁਣ ਆਪਾਂ ਉਲਟੇ ਪਾਸੇ ਆ ਗਏ ਜਿਹੜੇ ਡਿਜ਼ਾਈਨ ਦੇ ਫੰਦੇ ਉਲਟੇ ਹੁਣ ਆਪਣੇ ਕੋਲ ਆ ਤਿੰਨ ਫੰਦੇ ਸਿੱਧੇ ਆ ਇੰਨਾ ਵਿੱਚੋਂ ਆਪਾਂ ਦੋ ਦਾ ਇੱਕ ਕਰ ਦਾਂਗੇ ਚਾਹੇ ਤੇ ਪਹਿਲਾ ਫੰਦਾ ਇੰਜ ਸਿੱਧਾ ਹਣ ਲੋ ਅੱਗੇ ਆਪਾਂ ਦੋ ਦਾ ਇੱਕ ਕਰ ਦਾਂਗੇ ਫਿਰ ਇੱਕ ਫੰਦਾ ਸਿੱਧਾ ਹਣ ਲਿਆ ਦੋ ਦਾ ਇੱਕ ਕਰਤਾ ਹੁਣ ਇਹ ਉਲਟੇ ਫੰਦੇ ਆਪਣੇ ਕੋਲ ਦੋ ਰਹਿ ਗਏ ਉਨੂੰ ਉਲਟੀ ਸਲਾਈ ਤੇ ਵੀ ਆਪਾਂ ਇੱਕ ਫੰਦਾ ਘਟਾਇਆ ਸੀ ਹੁਣ ਆਪਾਂ ਸਿੱਧੀ ਸਲਾਈ ਤੇ ਆ ਗਏ ਡਿਜ਼ਾਈਨ ਵਾਲੇ ਡਿਜ਼ਾਈਨ ਆ ਦੋ ਫੰਦੇ ਆ ਦਾ ਪੰਜ ਇੱਕ ਕਰ ਦਾਂਗੇ ਫਿਰ ਇਹ ਡਿਜ਼ਾਈਨ ਤੇ ਦੋ ਫੰਦੇ ਆ ਗਏ ਇਹਨਾਂ ਨੂੰ ਆਪਾਂ ਦੋ ਦਾ ਇੱਕ ਕਰਤਾ ਮਨੇ ਐਸ ਲਾਈ ਤੇ ਆਪਾਂ ਕੋਈ ਫੰਦਾ ਨਹੀਂ ਘਟਾਉਣਾ ਦੋ ਫੰਦੇ ਉਲਟੇ ਇੱਕ ਫੰਦਾ ਇੱਥੇ ਆਪਣੇ ਕੋ ਸਿੱਧਾ ਰਹਿ ਗਿਆ ਫਿਰ ਦੋ ਫੰਦੇ ਉਲਟੇ ਇੱਕ ਫੰਦਾ ਆਪਣੇ ਕੋ ਸਿੱਧਾ ਰਹਿ ਗਿਆ ਦੋ ਫੰਦੇ ਉਲਟੇ ਹੁਣ ਵੇਖੋ ਹੁਣ ਇਹ ਆਪਣੇ ਕੋਲ ਟੋਟਲ ਹੈਗੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 ਹੁਣ ਆਪਾਂ ਜਿਹੜੇ ਫੰਦੇ ਇਧਰੋਂ ਬੰਦ ਕਰਾਂਗੇ ਵੇਖਿਓ 1 ਦੋ ਇੱਕ ਇਧਰਲੀ ਸਾਈਡ ਤੋਂ ਆਪਾਂ ਬੰਦ ਕਰਨੇ ਆ ਤਿੰਨ ਚਾਰ ਪੰਜ ਛੇ ਸੱਤ 8 9 10 11 12 13 14 15 15 ਫੰਦੇ ਆਪਾਂ ਬੰਦ ਕਰਤੇ ਹੁਣ ਆਪਣੇ ਕੋਲ 16 ਫੰਦੇ ਰਹਿ ਗਏ 1 2 3 4 5 6 7 8 9 10 11 12 13 14 15 16 ਇਹਨਾਂ 16 ਫੰਦਿਆਂ ਦੀ ਆਪਾਂ ਜਿਹੜੀ ਪੱਟੀ ਬਣਾਵਾਂਗੇ ਹੁਣ ਉਹ ਜੋ ਵੀ ਆਪਣਾ ਡਿਜ਼ਾਈਨ ਚੱਲਦਾ ਪਿਆ ਐਸੇ ਤਰੀਕੇ ਆਪਾਂ ਡਿਜ਼ਾਈਨ ਬਣਾ ਕੇ ਬੱਚੇ ਦੇ ਸਿਰ ਤੋਂ ਅੱਗੋਂ ਮੱਥੇ ਤੋਂ ਲੈ ਕੇ ਪਿੱਛੇ ਘੁਮਾ ਕੇ ਆਪਾਂ ਮਿੰਤੀ ਕਰ ਲੈਣੀ ਆ ਕਿ ਉਹਨੂੰ ਕਿੰਨੀ ਆਉਂਦੀ ਐ ਮੈਂ ਤੁਹਾਨੂੰ ਮਿੰਤੀ ਲੈਣੀ ਦੱਸਦੀ ਆ ਇਹੀ ਆਪਾਂ ਹੁਣ ਸਿੱਧੀ ਬਣਾਉਂਦੇ ਜਾਣਾ ਵਾ ਵੇਖੋ ਜਿਵੇਂ ਆ ਬੱਚੇ ਦਾ ਐ ਇੰਜ ਕਰਕੇ ਸੀ ਰਿਆ ਮੱਥਾ ਵਾ ਤੁਸੀਂ ਮਿੰਤੀ ਕਿੱਦਾਂ ਲੈਣੀ ਆ ਉਹਨਾਂ ਮੇ ਜਿਹੜੇ ਬੱਚੇ ਦੀ ਬਣਾਉਂਦੀ ਪਈ ਉਹ ਬੱਚਾ ਇੱਥੇ ਮੇਰੇ ਕੋਲ ਨਹੀਂ ਹੈਗਾ ਆ ਵੇਖੋ ਇੰਜ ਮੱਥੇ ਤੋਂ ਲੈ ਕੇ ਐਂਜ ਆਪਾਂ ਜਿਹੜੀ ਮਿੰਤੀ ਲਵਾਂਗੇ ਇਜਵੇਂ ਮੇਰਾ ਇਸ ਤਰੀਕੇ 12 ਇੰਚ ਹੁੰਦਾ ਵਾ 12 ਆਉਂਦਾ ਫਿਰ ਮੈਂ 11 ਇੰਚ ਬਣਾਉਂਗੀ ਆਪਾਂ ਜੋ ਵੀ ਆਪਣਾ ਨਾਪਾਊਗਾ ਬੱਚੇ ਦੇ ਇੰਝ ਮੱਥੇ ਤੋਂ ਘੁਮਾ ਕੇ 1 ਇੰਚ ਆਪਾਂ ਪੱਟੀ ਘੱਟ ਬਣਾਵਾਂਗੇ ਇਹ ਮੈਂ ਸਾਰੀ ਪੱਟੀ ਬਣਾ ਕੇ ਆ ਵੇਖੋ ਜਿਵੇਂ ਆਹ ਵਾਲੀ ਪੱਟੀ ਬਣਾਈ ਜਿੰਨੀ ਇਹ ਇਦਾਂ ਘੁੰਮ ਕੇ ਪੱਟੀ ਆਉਣੀ ਚਾਰੇ ਪਾਸੇ ਤੇ ਇਹ ਹੁਣ ਮੈਂ ਪੂਰੀ ਪੱਟੀ ਬਣਾ ਕੇ ਜਿੰਨੀ ਮੈਨੂੰ ਚਾਹੀਦੀ ਆ ਤੇ ਫਿਰ ਮੈਂ ਅੱਗੇ ਤੁਹਾਨੂੰ ਦਿਖਾਉਣੀ ਆ ਇਤੋਂ ਹੀ ਹੁਣ ਇੰਜ ਮੈਂ ਖੜ ਖੜ ਕੇ ਇੰਜ ਇੱਥੋਂ ਤੱਕ ਆਪਾਂ ਜਿਹੜੀ ਐ ਸਲਾਈ ਕਰਾਂਗੇ ਜਿੱਥੋਂ ਤੱਕ ਆਪਾਂ ਮਾਰਕ ਕਰ ਲਾਇਆ ਹੋਇਆ ਹੈ ਇੰਜ ਹੀ ਫੇਰ ਮੈਂ ਇੱਥੋਂ ਤੱਕ ਸਲਾਈ ਕਰਕੇ ਫੇਰ ਬਖੋਣੀ ਤੈਨੂੰ ਆ ਬਈ ਕੋ ਇਸ ਤਰੀਕੇ ਆਪਣੀ ਐ ਜਿਹੜੀ ਪੱਗ ਐ ਸੀਪ ਗਈ ਐ ਹੁਣ ਆਪਾਂ ਇਹਨੂੰ ਜਿਹੜੇ ਐ ਏਕ ਏਕ ਟਾਂਕਾ ਇੱਥੇ ਲਾ ਲਾਂਗੇ ਤੇ ਆਪਣੀ ਜਿਹੜੀ ਸੈਟਿੰਗ ਐ ਬਿਲਕੁਲ ਜਿਹੜੀ जे अपा वाले टाके लाने वादिया तरीके ना जे पता ना लगन के आप कि किते -किते लाए हुए हैं ਨੇ ਤੇ ਨੂੰ ਮੈਂ ਪੱਕਾ ਕਰਕੇ ਬੰਦ ਕਰ ਦੂੰਗੀ ਆ ਦੇਖੋ ਇਸ ਤਰੀਕੇ ਆਪਣੀ ਜਿਹੜੀ ਪੱਗ ਆ ਬਣ ਕੇ ਪੋਰ ਸੋਹਣੀ ਤਿਆਰ ਹੋ ਗਈ ਆ ਤੁਸੀਂ ਵੀ ਇਸ ਤਰੀਕੇ ਨੂੰ ਬਣਾ ਸਕਦੇ ਹੋ ਇਦਾਂ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ